ਪਹਿਲਾਂ ਆਪਾਂ ਬਿਮਾਰੀ ਨੂੰ ਰੋਕੀਏ ਫਿਰ ਬਿਮਾਰੀ ਕਿਹਨੇ ਦਿੱਤੀ ਉਹਦਾ ਇਲਾਜ ਕਰ ਲਾਂ ਅਜੀਤ ਹੈ ਸਰ ਟੈਕਨੀਕਲੀ ਮੈਂ ਇੱਕ ਕਲੀਅਰ ਕਰਦੇ ਆ ਦੇ ਵਿੱਚ ਹੋਈ ਵੀ ਜਿੱਦਾਂ ਮੰਨ ਲਓ ਤੇ ਮੇਲੇ ਤੇ ਜਾਂਦੇ ਆ ਥੋੜਾ ਥੋੜਾ ਵੀ ਹੁੰਦਾ ਬਾਅਦ ਚ ਸਾਨੂੰ ਪ੍ਰਾਈਵੇਟ ਦੁਕਾਨਾਂ ਤੋਂ ਲੈਣਾ ਪੈਂਦਾ ਉਹ ਲੁੱਟਣ ਕਰਦੇ ਹਰ ਜਿਵੇਂ ਘਰ ਦੀ ਸਪਰੇਹਾਂ ਕਰਦੇ ਲਾਭ ਹੁੰਦੀ ਹੈ ਜੀ ਇਹ ਸਾਨੂੰ ਮੰਨ ਲਓ ਗੁਜਰਾਤ ਦਾ ਟਾਈਮ ਪਹਿਲਾਂ ਸੀ ਜੀ ਸਾਨੂੰ ਉਹੀ ਰੇ ਸਪਰੇ ਯੂਨੀਵਰਸਿਟੀ ਦੇਵੇ ਨਾ ਤਾਂ ਸਾਡੀ ਲੁੱਟ ਬੱਚੇ ਨਾਲ ਤਾਂ ਤੇ ਸਾਨੂੰ ਬੀਜ ਤਾਂ ਸ਼ੁੱਧ ਮਿਲੂ ਜੀ ਸਪਰੇ ਵੀ ਸ਼ੁੱਧ ਮਿਲੂ ਬਿਲਕੁਲ ਨਹੀਂ ਸਰ ਸੁਣੀ ਜੀ ਇੱਥੋਂ ਵੀ ਬਿੱਲ ਬਕਾਇਦਾ ਸਾਡੇ ਕੋਲ ਹੈਗਾ ਪਰ ਤੈਨੂੰ ਪਤਾ ਹੀ ਚੱਲ ਮੇਰੇ ਕੋਲ ਮਹਿਕਮਾ ਰਿਹਾ 2005 ਚ ਮੈਂ ਬੀਟੀ ਕੋਟ ਲੈ ਕੇ ਆਇਆ ਸੀ ਉਹਨੂੰ ਬਖੇੜੇ ਨਾਲ ਪੜ ਕੇ ਬਿਠਣੇ ਵਾਲੇ ਸਰ ਜੀ ਸਰ ਬੀਜੇਪੀ ਅੰਕਲ ਜੀ ਦੋ ਵਾਰੀ ਹੈ ਇੱਕ ਬਾਈ ਜੀ ਆਪਣਾ 2019 ਦੇ ਵਿੱਚ ਬਾਰਿਸ਼ ਦੇ ਵਿੱਚ ਆ ਕੇ ਮੇਰਾ ਸਾਰਾ ਨਰਮਾ ਖਤਮ ਹੋ ਗਿਆ ਮੈਂ ਬਾਤ ਆਈ ਬਕਾਇਦਾ ਮੁੜ ਕੇ ਮੈਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਜੀ ਕੋਈ ਕੁਛ ਨਹੀਂ ਇਹ ਠੀਕ ਹੈ ਸਰ ਇਹ ਤਾਂ ਮੀਂਹ 'ਚ ਕਰਕੇ ਥੋੜ੍ਹਾ ਜਿਹਾ ਹੋਰ ਜਿਹਾ ਹੋ ਗਿਆ ਇਹ ਪਹਿਲੇ ਰਾਊਂਡ ਦੇ ਵਿੱਚ ਨਹੀਂ ਸੀ ਬਕਾਇਦਾ ਮੈਂ ਇਹਦੀ ਲਿਖ ਕੇ ਮੰਨ ਲਓ ਵੀ ਡੀ ਸਾਹਿਬ ਨੂੰ ਵੀ ਦੇ ਕੇ ਆਇਆ ਸੀ ਬਕਾਇਦਾ ਵੀਡੀਓ ਬਣਾ ਕੇ ਵੀ ਦੇ ਕੇ ਆਇਆ ਸੀ ਇਹਦੀ ਹਾਈਟ ਘੱਟ ਹੈ ਫਲਸਰ ਉਹਦੇ ਕਰਕੇ ਨੁਕਸਾਨ ਹੋ ਗਿਆ ਨਾ ਹਾਈਟ ਉਹਦੀ ਬਿਲਕੁਲ ਨਹੀਂ ਜੀ ਬਿਮਾਰੀ ਹੈ ਜੀ ਚਿੱਟਾ ਮੱਛਰ ਵੀ ਆ ਦੇਖੋ ਇੱਦਾਂ ਉੱਡਿਆ ਫਿਰਦੇ ਸੁੰਡੀ ਵੀ ਹੈ ਹਾਂਜੀ ਹਾਂਜੀ ਫੋਟੋ ਕਰਾ ਲਈ ਕੈਮਰਾਮੈਨ ਫੋਟੋ ਲੈ ਲਓ ਸਾਹਿਬ ਥੋੜ੍ਹਾ ਜਿਹਾ ਅੱਗੇ ਆ ਤੁਸੀਂ ਰਮਾਨਾ ਸਾਹਿਬ ਆਪਣੇ ਨਾਲ ਹੋ ਗਏ ਹਾਂਜੀ ਹਾਂਜੀ ਪੰਜਾਬ ਕਿਤੇ ਕਿਤੇ ਖਾਣਾ ਨਹੀਂ ਹੈ ਉਹ ਕਿਤੇ ਕਿਤੇ ਸਾਡੇ ਵਜਾਰੇ ਪੰਜਾਬ ਦੇ ਵਿੱਚ ਕੁੱਤਾ ਬੱਕਰ ਵੱਜਦਾ ਹੈ
ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ ਤੇ ਹਰ ਮੁਆਵਜ਼ਾ ਵੀ ਦਿੱਤਾ ਜਾਏਗਾ ਹਰ ਭਰਪਾਈ ਕੀਤੀ ਜਾਏਗੀ ਪਹਿਲਾਂ ਟੋਟਲ ਅਸੀਂ ਫਟਾਫਟ ਭੇਜ ਰਹੇ ਹਾਂ ਨਰਮਾ ਸਾਡਾ ਮਰਿਆ ਸੀ ਸਾਨੂੰ 8000 ਮੁਆਵਜ਼ਾ ਦਿੱਤਾ ਗਿਆ ਜਿਹੜੇ ਝੋਨੇ ਵਾਲੇ ਬੰਦੇ ਲੈ ਗਏ ਮੂਹਰੇ ਪਟਵਾਰੀ ਵਗੈਰਾ ਸਾਰੇ ਸਾਡੇ ਜ਼ਿਮੀਦਾਰ ਮਾੜਾ ਮੋਟਾ ਹਾਲ ਪਹਿਲਾਂ ਸੁਣੀ ਨੇ ਮਾਰੀ ਸੀ ਫਿਰ ਚਿੱਟੇ ਮੱਛਰ ਦੇ ਮਾਰੇ ਦੀ ਗੱਲ ਸੁਣੋ ਐਤਕੀ ਇਸ ਨੇ ਮਾਰਤੇ 55,000 ਨੂੰ ਬਾਹਰ ਠੇਕੇ ਤੇ ਲੈ ਕੇ 8 ਮਹੀਨੇ ਹੋ ਗਏ ਘਰੇ ਪੈ ਕੇ ਨਹੀਂ ਦੇਖਿਆ ਜੀ ਅੱਜ ਜੇ ਚੁਗਣ ਤੇ ਆ ਸਾਡਾ ਆਹ ਹਾਲ ਹੋ ਗਿਆ ਤੁਸੀਂ ਜੇ ਮੁਆਵਜ਼ਾ ਦਿਓਗੇ ਰਾਤ ਚੋਰ ਬੈਠੇ ਆ ਚੋਰਾਂ ਤੇ ਕਾਬੂ ਪਾਉਂਗੇ ਤਾਂ ਕਾਮਯਾਬ ਹੋ ਸਕਦਾ ਜ਼ਿਮੀਦਾਰ ਨਹੀਂ ਹੋ ਸਕਦਾ ਜੀ ਹਾਂ ਮੈਂ ਸੱਚੀ ਗੱਲ ਸੁਣਦਾ ਜੀ ਬਹੁਤ ਇੱਕ ਸਰ ਖੁਦਕੁਸ਼ੀ ਕਰ ਹੋਵੇ ਮੇਰਾ ਤਾਂ ਸਮਾਂ ਦੇ ਵਿੱਚ ਜੀ ਸਾਹਿਬ ਇਹਨਾਂ ਨੇ ਪੈਸਾ ਕਾਸਟ ਕਰਨ ਨੂੰ ਚਾਹਦਾ ਹੈ ਜਿਹੜਾ ਮਾਰ ਜਾਊ ਜ਼ਿਮੀਦਾਰਾਂ ਨੂੰ ਮਿਲਣਾ ਚਾਹੀਦਾ ਹੋ ਰਾਜ ਚੋਰ ਬੈਠੇ ਆ ਚੋਰ ਨਾ ਖਾਣ ਮੈਂ ਸਰਕਾਰ ਦੇ ਸੁਣਨਾ ਮੰਨ ਲੂਗਾ ਇਹਨੂੰ ਮੰਨੂਗਾ ਵੀ ਬਾਕੀ ਤੁਸੀਂ ਗਰੀਬ ਕਰ ਦਿਓ ਮੈਂ ਵੀ ਗਰੀਬ ਕਰ ਦਿਆਂਗਾ ਕੀ ਕਿਆ ਬੋਲਦਾ ਹੈ ਜਿਹੜਾ ਮੁਆਵਜ਼ਾ ਆਏਗਾ ਉਹ ਕਿਸਾਨ ਨੂੰ ਜਾਏਗਾ ਸਿੱਧਾ ਵਿੱਚ ਵਿਚਾਲੇ ਕੁਛ ਨਹੀਂ ਹੋਣਾ ਇਹ ਕੋਈ ਪੁਰਾਣੀਆਂ ਸਰਕਾਰਾਂ ਨਹੀਂ ਹੈ ਠੀਕ ਹੈ ਇਹ ਇੱਕ ਆਮ ਆਦਮੀ ਲੋਕਾਂ ਦੀ ਸਰਕਾਰ ਕਿਸਾਨ ਵਾਣੀ ਅਸੀਂ ਹਮੇਸ਼ਾ ਇਹਦੇ ਤੋਂ ਨਸ਼ਰ ਕਰਦੇ ਹਾਂ ਪ੍ਰੋਗਰਾਮ ਕਿਸਾਨ ਵਾਣੀ ਦਿੱਤਾ ਹੈ ਬਟ ਅੰਦਰ ਨਾ ਹੋ ਯਾਰ ਉੱਤੇ ਖੜੇ ਰਹੋ ਨਾ ਦੇਣਾ ਯਾਰ ਸਾਨੂੰ ਬੁਲਾਈ ਜਾਂਦੇ ਚੰਨੀ ਸਾਹਿਬ ਜਿਹੜਾ ਪਿੱਛੇ ਕਿਸਾਨ ਦੀ ਤ੍ਰਾਸਦੀ ਸੀ ਉਹਨਾਂ ਨੇ ਆਪਦਾ ਰੋਣਾ ਵੀ ਰੋਇਆ ਹੁੰਦਾ ਕੀ ਰਿਹਾ ਇਸ ਤੋਂ ਪਹਿਲਾਂ ਕਿ ਕਿਸੇ ਨੂੰ 30 ਰੁਪਏ ਦਾ ਚੈੱਕ ਆ ਗਿਆ ਕਿਸੇ ਨੂੰ 50 ਰੁਪਏ ਦਾ ਚੈੱਕ ਆ ਗਿਆ ਸਰ ਗਾੜੀ ਕਰਾ ਗਾੜੀ ਗਾੜੀ ਸਰ ਗਾੜੀ